ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਪ੍ਰਾਈਮ ਵੂਮੈਨ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਹਰਮਨ ਥਿਨ, ਅਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਨੇ ਕੁਸੁਮ ਸੋਨੀਆ ਜੀ। ਹਰਮਨ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ। ਬਹੁਤ ਵਧੀਆ ਕਿਵੇਂ ਨੇ? ਬਹੁਤ ਵਧੀਆ, ਮਤਲਬ ਬਹੁਤ ਵਧੀਆ। ਦਰਅਸਲ ਮੈਂ ਇਹ ਪੁੱਛਣਾ ਚਾਹੁੰਦੀ ਸੀ ਵੀ ਇੱਥੇ ਆ ਕੇ ਜਦੋਂ ਦਰਸ਼ਕਾਂ ਨਾਲ ਆਪਾਂ ਮਿਲਦੇ ਉਦੋਂ ਵਧੀਆ ਹੋ ਜਾਂਦੇ ਨੇ, ਬਹੁਤ ਲੱਗ ਜਾਂਦਾ ਨਾਲ ਕਿ ਹਮੇਸ਼ਾ ਹੀ ਵਧੀਆ ਰਹਿੰਦੇ ਨੇ? ਨਹੀਂ, ਵੈਸੇ ਤਾਂ ਅਕਸਰ ਹੀ ਵਧੀਆ ਰਹਿੰਦਾ, ਪਰ ਹਾਂ ਇਹ ਬਹੁਤ ਜ਼ਰੂਰ ਨਾਲ ਲੱਗ ਜਾਂਦਾ ਇੱਥੇ ਆ ਕੇ, ਕਿਉਂਕਿ ਢੇਰ ਸਾਰੀਆਂ ਗੱਲਾਂ ਜਿਹੜੀਆਂ ਇਕੱਠੀਆਂ ਕੀਤੀਆਂ ਹੁੰਦੀਆਂ ਨੇ ਉਹ ਇੱਥੇ ਆ ਕੇ ਗੁਬਾਰ ਕੱਢਣਾ ਹੁੰਦਾ। ਵੈਸੇ ਮੈਨੂੰ ਨਾ ਇੱਕ ਪ੍ਰੋਗਰਾਮ ਵੇਖ ਕੇ ਜੈਲਸ ਵੀ ਬੜਾ ਫੀਲ ਹੋਇਆ, ਈਰਖਾ ਬੜੀ ਫੀਲ ਹੋਈ ਮੈਨੂੰ, ਕਿਹੜਾ ਈਰਖਾ ਬੜੀ ਮਹਿਸੂਸ ਹੋਈ। ਕਿਹੜਾ ਪ੍ਰੋਗਰਾਮ? ਟਹਿਣਾ ਸਾਹਿਬ ਨੇ ਜਿਹੜਾ ਬੀਬੀਆਂ ਨਾਲ ਕੀਤਾ, ਮੈਨੂੰ ਆਪਣੇ ਆਪ ਨੂੰ ਥੋੜਾ ਜਿਹਾ ਨਾ ਉਹ ਦੇਖਦੇ ਦੇਖਦੇ ਮਹਿਸੂਸ ਹੋ ਰਿਹਾ ਸੀ, ਹੈ ਮੈਂ ਕਿਉਂ ਨੀ ਆ ਇੱਥੇ, ਮੈਂ ਹੁੰਦੀ ਮੈਂ ਇੱਦਾਂ ਕਹਿਣਾ ਸੀ, ਜਾਂ ਮੈਂ ਇੱਦਾਂ, ਮੈਂ ਆਪਣੇ ਆਪ ਨੂੰ ਉੱਥੇ ਮਹਿਸੂਸ ਕਰ ਰਹੀ ਸੀ, ਹਨਾ। ਤੇ ਮੈਨੂੰ ਬੜਾ ਹੀ ਚੰਗਾ ਲੱਗਿਆ ਉਹ ਪ੍ਰੋਗਰਾਮ ਵੇਖ ਕੇ, ਸੱਚੀ ਗੱਲ। ਨਹੀਂ, ਪ੍ਰੋਗਰਾਮ ਤਾਂ ਬਹੁਤ ਵਧੀਆ ਸੀ, ਪਰ ਸੱਚੀ ਮੈਨੂੰ ਬੜੀ ਈਰਖਾ ਲੱਗੀ ਵੀ ਅਸੀਂ ਦੋਵੇਂ ਕਿਉਂ ਨੀ ਉੱਥੇ, ਪ੍ਰਾਈਮ ਵੂਮਨ ਹੋਣਾ ਚਾਹੀਦਾ ਸੀ ਸੀਰੀਅਸਲੀ। ਅੱਛਾ, ਉਸ ਤੋਂ ਬਾਅਦ ਜਿਹੜੀਆਂ ਪਟਵਾਰੀ ਸਾਹਿਬ ਨੇ ਗੱਲਾਂ ਸੁਣਾਈਆਂ, ਬਈ ਮੈਂ ਕਹਿੰਦੀ ਹਾਂ ਕਮਾਲ ਹੀ ਕਰ ਛੱਡੀ। ਬਿਲਕੁਲ ਬਿਲਕੁਲ, ਹੈ ਨਾ, ਇੰਨਾ ਸੱਚ ਸੱਚੀ ਨੀ ਕੋਈ ਬੋਲ ਸਕਦਾ ਜਿੰਨਾ ਪਟਵਾਰੀ ਸਾਹਿਬ ਨੇ ਸੁਣਾਤਾ। ਉਹਨਾਂ ਦਾ ਬੋਲਣ ਦਾ ਲਹਿਜ਼ਾ, ਤਰੀਕਾ, ਉਹ ਵਾਕਈ ਪਰ ਮੈਂ ਉਸ ਬੰਦੇ ਦੀ ਫੈਨ ਹੋ ਗਈ, ਕਹਿੰਦਾ ਮੈਂ ਕੀਤਾ ਤੇ ਮਤਲਬ ਕੀਤਾ, ਕੀਤਾ ਮੰਨ ਗਿਆ। ਉਹਨਾਂ ਨੇ ਜਿੰਨੀਆਂ ਵੀ ਗੱਲਾਂ ਸੁਣਾਈਆਂ, ਹੈ ਨਾ, ਜੋ ਕੁਝ ਵੀ ਸਾਂਝਾ ਕੀਤਾ ਉਹਨਾਂ ਨੇ, ਉਹ ਬਹੁਤ ਵਧੀਆ ਸੀ। ਤੇ ਵਾਕਈ ਇਹ ਜਿੰਨੀਆਂ ਕੁ ਹੁਣ ਤੱਕ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ, ਜਿੰਨੀਆਂ ਕੁ ਆਪਣੇ ਕੋਲ ਵੀਡੀਓ ਸਾਹਮਣੇ ਆ ਚੁੱਕੀਆਂ ਨੇ, ਹੈ ਨਾ, ਜਿੰਨੇ ਕੁ ਚੱਜ ਦੇ ਵਿਚਾਰ ਜਿਹੜੇ ਟਹਿਣਾ ਸਾਹਿਬ ਨੇ ਕੱਲਿਆਂ ਨੇ ਉੱਥੇ ਕੀਤੇ ਨੇ, ਉਹ ਜਿੰਨੇ ਕੁ ਸਾਹਮਣੇ ਆ ਚੁੱਕੇ ਨੇ, ਉਹ ਸਾਰੇ ਵੇਖ ਕੇ ਐਂ ਜ਼ਰੂਰ ਲੱਗ ਰਿਹਾ ਕਿ ਵਾਕਈ ਪਿਆਰ ਬਹੁਤ ਹੈ ਉਧਰ ਲੋਕਾਂ ਦੇ ਵਿੱਚ, ਤੇ ਬਹੁਤ ਜ਼ਿਆਦਾ ਸਤਿਕਾਰ ਕਰਦੇ ਨੇ ਉਹ, ਤੇ ਉਹ ਬਹੁਤ ਜ਼ਿਆਦਾ ਟਹਿਣਾ ਸਾਹਿਬ ਆਪਣੀ ਇਸ ਫੇਰੀ ਦਾ ਕਹਿ ਲਓ ਵੀ ਕੀ ਕਹਿੰਦੇ ਹੁੰਦੇ, ਰੰਗ ਮਾਣਦੇ ਹੋਏ ਨੇ, ਹੈ ਨਾ, ਉਹਨਾਂ ਦਾ ਮਨ ਸਵਾਦ ਗੜੂੰਦ ਹੋ ਰਿਹਾ, ਸਰਸ਼ਾਰ ਹੋ ਗਿਆ। ਤੇ ਅਸੀਂ ਆਸ ਤੇ ਅਰਦਾਸ ਕਰਦੇ ਹਾਂ ਵੀ ਅਸੀਂ ਵੀ ਬਹੁਤ ਜਲਦ ਆਪਣੇ ਦਰਸ਼ਕਾਂ ਨੂੰ ਮਿਲਾਂਗੇ, ਭਾਵੇਂ ਉਹ ਇੱਧਰ ਆ ਕੇ ਸਾਨੂੰ ਮਿਲਣ ਜਾਂ ਅਸੀਂ ਉੱਧਰ ਜਾ ਕੇ ਮਿਲੀਏ। ਜੀ ਜੀ ਜੀ, ਪਰ ਪ੍ਰਾਈਮ ਵੂਮੈਨ ਦੀ ਸ਼ੁਰੂਆਤ ਕਰੀਏ ਜੀ। ਹੋ ਗਈ ਸ਼ੁਰੂਆਤ, ਚੁਗਲੀਆਂ ਤਾਂ ਕਰ ਲਈਆਂ ਉਹਨੇ, ਵੀ ਆਹ ਹੋ ਗਿਆ, ਉਹ ਹੋ ਗਿਆ, ਅਸੀਂ ਕਿਉਂ ਨਹੀਂ ਸੀ, ਇੱਦਾਂ ਕਿਉਂ ਨਹੀਂ ਸੀ, ਇਹ ਤਾਂ ਇਹ ਬਹੁਤ ਤੁਸੀਂ ਅੱਛੀ ਸ਼ੁਰੂਆਤ ਕੀਤੀ ਹੈ, ਇਹ ਬਦਲੇ ਲੈ ਜਾਣਗੇ ਜਦੋਂ ਟਹਿਣਾ ਸਾਹਿਬ ਵਾਪਸ। ਜ਼ਰੂਰ, ਮੈਂ ਤਾਂ ਗੱਲਾਂ ਗਿਣ ਗਿਣ ਕੇ ਰੱਖੀਆਂ ਹੋਈਆਂ ਨੇ ਸੋਚ ਸੋਚ ਕੇ, ਵੀ ਆਹ ਲੈਣ ਦਿਓ, ਆਹ ਆਹ ਪੁੱਛੂ। ਚਲੋ, ਕੁਛ ਗੱਲਾਂ ਮੈਨੂੰ ਵੀ ਦੱਸ ਦੇ, ਚੇਤਾ ਭੁੱਲ ਕੇ ਮੈਂ ਚੇਤੇ ਕਰਾ ਦੂੰ। ਜ਼ਰੂਰ ਜ਼ਰੂਰ। ਸੋ ਪਹਿਲੀ ਜਿਹੜੀ ਖਬਰ ਦੀ ਗੱਲ ਕਰਦੇ ਆ ਆਪਾਂ ਦੀ, ਹਰਮਨ ਜੀ, ਹਮੇਸ਼ਾ ਇੱਦਾਂ ਹੁੰਦਾ ਵੀ ਬਹੁਤ ਸਾਰੇ ਮੰਦਰਾਂ ਗੁਰਦੁਆਰਿਆਂ ਦੇ ਵਿੱਚ, ਚਲੋ ਇਹ ਤਾਂ ਕਿਹਾ ਜਾਂਦਾ ਵੀ ਔਰਤਾਂ ਨੂੰ ਸਿਰ ਢੱਕੇ ਬਗੈਰ ਨਹੀਂ ਜਾਣ ਦੇਣਾ, ਹੈ ਨਾ, ਜਾਂ ਬਹੁਤ ਸਾਰੇ, ਮੈਨੂੰ ਵੀ ਯਾਦ ਹੈ ਜਦੋਂ ਮੈਂ ਬਚਪਨ ਦੇ ਵਿੱਚ ਸੀਗੀ ਤਾਂ ਸ਼ਾਇਦ ਮੈਂ ਕਿਸੇ ਮੰਦਰ ਦੇ ਵਿੱਚ ਗਈ ਸੀ ਪਹਾੜਾਂ ਦੇ ਵਿੱਚ, ਤਾਂ ਉੱਥੇ ਇੱਕ ਮੰਦਰ ਸੀ ਤੇ ਉੱਥੇ ਕਿਹਾ ਜਾਂਦਾ ਸੀ ਵੀ ਔਰਤਾਂ ਨੂੰ ਜਾਣਾ ਅੰਦਰ ਅਲਾਊਡ ਨਹੀਂ ਹੈਗਾ, ਆਗਿਆ ਨਹੀਂ ਹੈਗੀ, ਹੈ ਨਾ। ਤੇ ਮੈਨੂੰ ਯਾਦ ਆ ਛੋਟੀ ਜਿਹੀ ਸੀ ਮੈਂ, ਤੇ ਅਸੀਂ ਬਹੁਤ ਦੂਰ ਖੜੇ ਹੋ ਕੇ ਦਰਸ਼ਨ ਕੀਤੇ ਸੀਗੇ ਅੰਦਰ ਮੰਦਰ ਦੇ ਵੀ, ਨਾ, ਕਾਫੀ ਦੂਰ ਖੜੇ ਹੋ ਕੇ ਵੀ ਇੱਥੋਂ ਤੁਸੀਂ ਮੱਥਾ ਟੇਕ ਲਓ। ਅੱਛਾ, ਤੇ ਮੈਨੂੰ ਲੱਗਦਾ ਹੁੰਦਾ ਸੀ ਵੀ ਹੁਣ ਸ਼ਾਇਦ, ਕਿਉਂਕਿ ਸੁਪਰੀਮ ਕੋਰਟ ਨੇ ਵੀ ਇਹ ਕਹਿ ਦਿੱਤਾ ਜਦੋਂ ਆਹ ਕੇਰਲਾ ਵਾਲੇ ਮੰਦਰ ਦੀ ਗੱਲ ਹੋਈ ਸੀ ਵੀ ਕੇਰਲ ਦੇ ਵਿੱਚ ਇੱਕ ਮੰਦਰ ਆ ਉੱਥੇ ਔਰਤਾਂ ਨਾਲ ਜਾਣ ਦੀ ਆਗਿਆ ਨਹੀਂ ਹੈਗੀ, ਤਾਂ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਕਹਿ ਦਿੱਤਾ ਸੀ ਵੀ ਕੋਈ ਵੀ ਧਾਰਮਿਕ ਜਗ੍ਹਾ ਆ ਉੱਥੇ ਕੋਈ ਵੀ ਜਾ ਸਕਦਾ, ਬੱਚਾ ਆ, ਬਜ਼ੁਰਗ ਆ, ਬੰਦਾ ਆ, ਕੋਈ ਔਰਤ ਆ, ਉਹ ਜ਼ਰੂਰ ਜਾ ਸਕਦੀ ਆ, ਕਿਉਂਕਿ ਹਰ ਇੱਕ ਨੂੰ ਪੂਜਾ ਕਰਨ ਦਾ ਹੈਗਾ ਹੱਕ, ਆਪਣੇ ਰੱਬ ਨੂੰ ਧਿਆਉਣ ਦਾ ਹੱਕ ਹੈ। ਹਾਂ, ਪਰ ਉਸ ਤੋਂ ਬਾਅਦ ਵੀ ਮੈਨੂੰ ਲੱਗਾ ਵੀ ਸ਼ਾਇਦ ਸੁਪਰੀਮ ਕੋਰਟ ਦਾ ਹੁਣ ਤਾਂ ਆਦੇਸ਼ ਆ ਗਿਆ, ਹੁਣ ਤਾਂ ਬਹੁਤ ਹੋ ਗਿਆ ਹੋਏਗਾ, ਸੁਧਾਰ ਹੋ ਗਿਆ ਹੋਏਗਾ, ਬਦਲਾ ਆ ਗਿਆ ਹੋਏ, ਪਰ ਨਹੀਂ। ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਤੋਂ ਇੱਕ ਖਬਰ ਆਈ ਜੀ, ਉੱਥੇ ਇੱਕ ਪਿੰਡ ਆ ਤੇ ਉੱਥੇ ਉਸ ਪਿੰਡ ਦੇ ਵਿੱਚ ਇੱਕ ਆਸ਼ਰਮ ਆ ਤੇ ਉੱਥੇ ਕਿਹਾ ਜਾਂਦਾ ਵੀ ਉਸ ਆਸ਼ਰਮ ਦੇ ਵਿੱਚ ਔਰਤਾਂ ਨਹੀਂ ਜਾ ਸਕਦੀਆਂ। ਕਿਉਂ? ਤੇ ਜੇ ਕੋਈ ਔਰਤ ਉੱਥੇ ਚਲੇ ਗਈ ਤਾਂ ਉੱਥੇ ਇਹ ਮਾਨਤਾ ਬਣੀ ਹੋਈ ਆ ਵੀ ਉੱਥੇ ਫਿਰ ਬਰਸਾਤ ਨਹੀਂ ਹੁੰਦੀ। ਇਹ ਕੀ ਗੱਲ ਹੋਈ? ਮਤਲਬ ਇੱਕ ਬਰਸਾਤ ਦਾ ਹੋਣਾ ਉਹ ਆਪਣਾ ਇੱਕ ਵਿਗਿਆਨਕ ਕਾਰਨ ਆ, ਹਨਾ, ਔਰਤ ਦਾ ਮੰਦਰ ਜਾਣਾ ਤਾਂ ਉਸ ਵਿਗਿਆਨਕ ਕਾਰਨ ਦੇ ਨਾਲ ਕੋਈ ਤਾਲਮੇਲ ਲੱਗਦਾ ਜੀ? ਨਹੀਂ, ਬਿਲਕੁਲ ਨਹੀਂ ਲੱਗਦਾ, ਹਨਾ। ਪਰ ਹੋਇਆ ਉੱਥੇ ਇੱਦਾਂ ਵੀ ਇਹ ਮਾਨਤਾ ਬਣੀ ਹੋਈ ਸੀ ਬਹੁਤ ਸਾਲਾਂ ਤੋਂ ਵੀ ਉੱਥੇ ਕਿਸੇ ਔਰਤ ਨੇ ਨਹੀਂ ਜਾਣਾ ਤੇ ਔਰਤਾਂ ਜਾਂਦੀਆਂ ਵੀ ਨਹੀਂ ਸੀਗੀਆਂ, ਪਰ ਉਸ ਆਸ਼ਰਮ ਬਾਰੇ ਇਹ ਜ਼ਰੂਰ ਕਿਹਾ ਜਾਂਦਾ ਵੀ ਉੱਥੇ ਜਿਹੜਾ ਵੀ ਜਾਂਦਾ ਉਹਦੀ ਮਾਨਤਾ ਪੂਰੀ ਹੋ ਜਾਂਦੀ ਆ ਤੇ ਲੋਕ ਪੂਜਾ ਕਰਨ ਜਾਂਦੇ ਵੀ ਸੀ, ਔਰਤਾਂ ਵੀ ਜਾਂਦੀਆਂ ਸੀ, ਪਰ ਉਹ ਆਸ਼ਰਮ ਦੇ ਅੰਦਰ ਨਹੀਂ ਸੀ ਜਾਂਦੀਆਂ, ਬਾਹਰ ਪੂਜਾ ਕਰਕੇ ਮੋੜੇ ਆਉਂਦੀਆਂ ਸੀ। ਪਰ
ਇਹ 40 ਸਾਲ ਪਹਿਲਾਂ ਇਦਾਂ ਹੋਣਾ ਹੋਇਆ ਸੀਗਾ ਵੀ ਉਹਨਾਂ ਨੇ ਇੱਥੋਂ ਮਾਨਤਾ ਸ਼ੁਰੂ ਹੋਈ ਸੀ 40 ਸਾਲ ਪਹਿਲਾਂ ਤੋਂ ਵੀ ਉਦੋਂ ਔਰਤਾਂ ਨਹੀਂ ਜਾਂਦੀਆਂ ਸੀਗੀਆਂ ਉਦੋਂ ਕਿਸੇ ਨੇ ਅਫਵਾਹ ਫੈਲਾ ਦਿੱਤੀ ਜਾਂ ਕੁਛ ਹੋਇਆ ਹੋਊਗਾ ਪਤਾ ਨਹੀਂ ਜੋ ਵੀ ਸੀਗਾ ਪਰ ਹੁਣ ਉਹ ਮਾਨਤਾ ਟੁੱਟੀ ਉਹ ਕਿਵੇਂ ਉਹ ਐਵੇਂ ਵੀ ਇੱਥੋਂ ਦੀ ਜਿਹੜੀ ਇੱਕ ਵਿਧਾਇਕ ਆ ਇਲਾਕੇ ਦੀ ਬੀਜੇਪੀ ਦੀ ਵਿਧਾਇਕ ਆ ਉਹਨਾਂ ਦਾ ਨਾਮ ਹੈ ਮਨੀਸ਼ਾ ਅਨੁਰਾਗੀ ਅੱਛਾ ਜੀ ਉਹ ਉੱਥੇ ਕਿਸੇ ਸਕੂਲ ਦੇ ਫੰਕਸ਼ਨ ਦੇ ਵਿੱਚ ਗਏ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੇ ਸਕੂਲ ਦਾ ਫੰਕਸ਼ਨ ਨਿਬੇੜਿਆ ਤੇ ਉਸ ਤੋਂ ਬਾਅਦ ਉਹ ਆਸ਼ਰਮ ਚਲੇ ਗਏ ਤੇ ਉਹ ਆਸ਼ਰਮ ਦੇ ਅੰਦਰ ਚਲੇ ਗਏ ਵਾਹ ਉਹ ਮਾਨਤਾ ਟੁੱਟੀ ਵੀ ਇੱਥੇ ਔਰਤਾਂ ਦਾ ਜਾਣਾ ਬੰਦ ਆ ਤੇ ਉਸੇ ਵੇਲੇ ਜੀ ਉੱਥੇ ਇਹ ਹੋ ਗਿਆ ਵੀ ਹੁਣ ਬਰਸਾਤ ਨਹੀਂ ਹੋਣੀ ਤੇ ਅਗਲੇ ਹਫ਼ਤੇ ਤੱਕ ਕਹਿੰਦੇ ਬਰਸਾਤ ਹੋਈ ਵੀ ਨਹੀਂ ਅੱਛਾ ਉਹਦਾ ਪਤਾ ਨਹੀਂ ਹੁਣ ਇੱਕ ਵਿਗਿਆਨਕ ਕਾਰਨ ਹੋ ਸਕਦਾ ਕੁਝ ਵੀ ਹੋ ਸਕਦਾ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਵੀ ਹੋਈ ਵੀ ਜਦੋਂ ਉਹ ਔਰਤ ਉੱਥੇ ਜਾ ਕੇ ਵਾਪਸ ਆ ਗਈ ਵਿਧਾਇਕ ਤੇ ਉਸ ਮੰਦਿਰ ਨੂੰ ਗੰਗਾ ਜਲ ਦੇ ਨਾਲ ਧੋਤਾ ਗਿਆ ਵੀ ਔਰਤ ਦੇ ਜਾਣ ਨਾਲ ਇਹ ਮੰਦਿਰ ਅਪਵਿੱਤਰ ਹੋ ਗਿਆ ਤੇ ਹੁਣ ਇਹਨੂੰ ਪਵਿੱਤਰ ਕਰਨਾ ਪੈਣਾ ਗੰਗਾ ਜਲ ਦੇ ਨਾਲ ਧੋਤਾ ਗਿਆ ਇਹੀ ਨਹੀਂ ਉਹ ਜਿਹੜਾ ਆਸ਼ਰਮ ਦੇ ਵਿੱਚ ਇਹ ਇੱਕ ਮਾਨਤਾ ਹੈ ਵੀ ਉੱਥੇ ਇੱਕ ਰਿਸ਼ੀ ਰਹਿੰਦੇ ਨੇ ਜਾਂ ਇੱਕ ਮੂਰਤੀ ਪਈ ਹੋਈ ਆ ਉਸ ਰਿਸ਼ੀ ਦੀ ਮੂਰਤੀ ਨੂੰ ਫੁੱਲਾਂ ਵਾਲੀ ਪਾਲਕੀ ਦੇ ਵਿੱਚ ਸਜਾ ਕੇ ਹਮੀਰਪੁਰ ਤੋਂ ਇਲਾਹਾਬਾਦ ਲੈ ਕੇ ਗਏ ਉੱਥੇ ਇੱਕ ਸੰਗਮ ਦੇ ਵਿੱਚ ਉਹਨਾਂ ਨੂੰ ਨਲਾਇਆ ਗਿਆ ਤੇ ਫਿਰ ਉੱਥੇ ਦੁਬਾਰਾ ਲਿਜਾ ਕੇ ਸਥਾਪਿਤ ਕੀਤੀ ਗਈ ਮੂਰਤੀ ਔਰ ਇਹ ਕਿਹਾ ਗਿਆ ਵੀ ਹੁਣ ਪਵਿੱਤਰ ਹੋਈ ਹੈ ਇਹ ਮੂਰਤੀ ਵੀ ਤੇ ਇਹ ਮੰਦਿਰ ਵੀ ਵਾਟ ਫਿਰ ਜਦੋਂ ਵਿਧਾਇਕ ਨਾਲ ਗੱਲ ਕੀਤੀ ਗਈ ਵੀ ਤੁਸੀਂ ਉੱਥੇ ਕਿਉਂ ਗਏ ਸੀ ਵੀ ਜਦ ਨਾ ਔਰਤਾਂ ਦਾ ਜਾਣਾ ਬੰਦ ਸੀ ਉਹ ਕਹਿੰਦੇ ਮੈਨੂੰ ਪਤਾ ਹੀ ਨਹੀਂ ਸੀ ਵੀ ਇੱਥੇ ਔਰਤਾਂ ਦਾ ਐਂ ਜਾਣਾ ਬੰਦ ਆ ਕਹਿੰਦੀ ਉੱਥੇ ਤਾਂ ਕੋਈ ਕੰਮ ਹੋਣ ਵਾਲਾ ਸੀਗਾ ਤੇ ਉਹ ਦਿਖਾਉਣ ਲਈ ਮੈਨੂੰ ਲੋਕ ਲੈ ਗਏ ਜੀ ਇੱਥੇ ਆਹ ਕੰਮ ਹੋਣ ਵਾਲਾ ਹੈ ਤੇ ਤੁਸੀਂ ਵੇਖ ਲਓ ਕਹਿੰਦੀ ਮੈਂ ਚਲੇ ਗਈ ਕਹਿੰਦੀ ਮੈਨੂੰ ਕੀ ਪਤਾ ਸੀ ਇੱਥੇ ਜਾਣਾ ਬੰਦ ਆ ਕਹਿੰਦੀ ਮੈਂ ਉੱਥੇ ਲੋਕਾਂ ਨੂੰ ਪੁੱਛਿਆ ਵੀ ਇੱਥੇ ਮੰਦਰ ਜਾ ਸਕਦੀ ਆ ਉਹ ਕਹਿੰਦੇ ਜਾ ਸਕਦੇ ਆ ਕਹਿੰਦੀ ਮੈਂ ਆਪਣਾ ਉੱਥੇ ਕੰਮ ਜਿਹੜਾ ਹੋਣ ਵਾਲਾ ਦੇਖ ਕੇ ਵਾਪਸ ਆ ਗਈ ਫਿਰ ਉਹਨੇ ਉੱਥੋਂ ਦੇ ਇੱਕ ਪ੍ਰਧਾਨ ਨੂੰ ਪੁੱਛਿਆ ਵੀ ਇਹ ਸਾਰਾ ਮਾਜਰਾ ਕੀ ਆ ਕਿਉਂ ਨਹੀਂ ਜਾਣ ਦਿੰਦੇ ਉਹ ਕਹਿੰਦੇ ਵੀ ਕੁਛ ਜਦੋਂ ਮੰਦਰ ਦੀ ਸ਼ੁਰੂਆਤ ਹੋਈ ਸੀਗੀ ਉਦੋਂ ਹੀ ਇਹ ਅਫਵਾਹ ਫੈਲਾ ਦਿੱਤੀ ਗਈ ਵੀ ਇੱਥੇ ਔਰਤਾਂ ਦਾ ਜਾਣਾ ਬੰਦ ਆ ਤੇ ਉਦੋਂ ਤੋਂ ਇਹ ਮਾਨਤਾ ਬਣੀ ਹੋਈ ਆ ਤੇ ਉਸ ਤੋਂ ਬਾਅਦ ਔਰਤਾਂ ਨੇ ਮੰਨ ਲਿਆ ਵੀ ਕਿਤੇ ਸੋਕਾ ਨਾ ਪੈ ਜਾਵੇ ਕੋਈ ਉਜਾੜਾ ਨਾ ਪੈ ਜਾਵੇ ਡਰਾ ਦਿੱਤਾ ਗਿਆ ਤੇ ਮੈਨੂੰ ਲੱਗਦਾ ਵੀ ਮੈਨੂੰ ਹੁਣ ਇਹ ਸਾਰੀ ਖਬਰ ਪੜ੍ਹ ਕੇ ਇਹ ਲੱਗ ਰਿਹਾ ਸੀ ਵੀ ਕਿਤੇ ਮੰਦਰ ਨੂੰ ਚਲਾਉਣ ਦੀ ਖਾਤਰ ਤਾਂ ਨਹੀਂ ਇਹ ਕੀਤਾ ਗਿਆ ਦੇਖੋ ਪਹਿਲਾਂ ਤਾਂ ਮੈਂ ਕਦੇ ਵੀ ਇਹ ਚੀਜ਼ਾਂ ਬੜੀਆਂ ਮੈਨੂੰ ਅਟਪਟੀਆਂ ਲੱਗਦੀਆਂ ਹੁੰਦੀਆਂ ਨੇ ਇਹ ਇਕੱਲੀ ਕਿਸੇ ਇੱਕ ਧਾਰਮਿਕ ਥਾਂ ਦੀ ਗੱਲ ਨਹੀਂ ਹੈਗੀ ਤੇ ਨਾਲ ਦੀ ਨਾਲ ਇੱਥੇ ਇਹ ਵੀ ਮੈਂ ਜ਼ਰੂਰ ਸਾਫ਼ ਕਰਨਾ ਚਾਹੁੰਦੀ ਹਾਂ ਕਿ ਸਾਡਾ ਮਕਸਦ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਅਸੀਂ ਇੱਥੇ ਬੈਠ ਕੇ ਸਿਰਫ ਇੱਕ ਵਿਚਾਰ ਚਰਚਾ ਕਰ ਰਹੇ ਹਾਂ ਕਿ ਇੱਦਾਂ ਕਿਉਂ ਹਨਾ ਕਿਉਂਕਿ ਮੈਨੂੰ ਬੜਾ ਅਜੀਬ ਲੱਗਦਾ ਹੁੰਦਾ ਇਸ ਚੀਜ਼ ਨੂੰ ਲੈ ਕੇ ਹਨਾ ਵੀ ਜਿਹਦੇ ਕਰਕੇ ਸਾਰੀ ਸ੍ਰਿਸ਼ਟੀ ਹੈ ਸਾਰੀ ਦੁਨੀਆਂ ਅੱਗੇ ਵੱਧ ਰਹੀ ਹੈ ਹਨਾ ਜੋ ਕਿ ਇੱਕ ਅਟਲ ਸੱਚਾਈ ਹੈ ਤੇ ਅਸੀਂ ਉਹਦੇ ਤੋਂ ਕਿਵੇਂ ਮੂੰਹ ਮੋੜ ਸਕਦੇ ਹਾਂ ਅਸੀਂ ਉਹਨੂੰ ਅਪਵਿੱਤਰ ਕਿਵੇਂ ਕਹਿ ਸਕਦੇ ਬਿਲਕੁਲ ਕਦੇ ਇਹ ਅਫਵਾਹ ਹੁੰਦੀ ਆ ਵੀ ਜਦੋਂ ਪੀਰੀਅਡਸ ਆਏ ਹੁੰਦੇ ਆ ਉਦੋਂ ਨਹੀਂ ਤੁਸੀਂ ਮੰਦਰ ਦੇ ਦੁਆਰੇ ਜਾਣਾ ਮੈਂ ਉਹਨੂੰ ਕਦੇ ਨਹੀਂ ਮੰਨਦੀ ਹਨਾ ਅਸੀਂ ਉਹਨੂੰ ਵੀ ਨਹੀਂ ਮੰਨਦੇ ਫਿਰ ਹੁਣ ਇਹ ਮਤਲਬ ਜਾਣਾ ਵੀ ਉਹ ਅਛੂਤ ਦੀ ਤਰ੍ਹਾਂ ਇੱਕ ਬੰਦੇ ਨੂੰ ਤੁਸੀਂ ਸਲੂਕ ਕਰ ਰਹੇ ਹੋ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਮੈਂ ਨਾ ਜਦੋਂ ਕਿਤੇ ਜਿਹੜੀਆਂ ਆਪਣੀਆਂ ਬਜ਼ੁਰਗ ਔਰਤਾਂ ਨੇ ਉਹਨਾਂ ਦੀ ਕਿਤੇ ਗੱਲਬਾਤ ਸੁਣਾ ਨਾ ਤੇ ਕਈ ਵਾਰ ਕੁਝ ਔਰਤਾਂ ਇਹ ਜ਼ਿਕਰ ਕਰਦੀਆਂ ਨੇ ਕਿ ਉਹਨਾਂ ਨੇ ਇਸ ਇਹ ਜਿਹੜੀ ਮਿਥ ਹੈ ਇਹ ਜਿਹੜੀ ਤੁਹਾਡੀ ਗਲਤ ਇੱਕ ਜਿਹੜੀ ਇਨਫੋਰਮੇਸ਼ਨ ਆ ਹਨਾ ਗਲਤ ਇੱਕ ਤੁਹਾਡਾ ਗਿਆਨ ਆ ਉਹਨੂੰ ਅੱਗੇ ਵਧਾਉਂਦੇ ਹੋਏ ਉਹ ਉਹਨਾਂ ਨੇ ਇਹ ਚੀਜ਼ਾਂ ਨੂੰ ਗੁਰਦੁਆਰਿਆਂ ਨਾਲ ਵੀ ਜੋੜਨਾ ਸ਼ੁਰੂ ਕਰ ਦਿੱਤਾ ਉਹ ਗੁਰਦੁਆਰੇ ਜਿੱਥੇ ਕਹਿੰਦੇ ਨੇ ਵੀ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਕਿਹਾ ਵੀ ਜਿਹੜੀ ਔਰਤ ਆ ਉਹ ਹਮੇਸ਼ਾ ਬਰਾਬਰ ਦੀ ਹੱਕਦਾਰ ਹੈ ਹਨਾ ਇੱਕ ਜਿਹੜੀ ਔਰਤ ਆ ਉਹਨੂੰ ਐਡਾ ਉੱਚਾ ਦਰਜਾ ਦਿੱਤਾ ਗਿਆ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਇੰਨਾ ਉੱਚਾ ਦਰਜਾ ਦਿੱਤਾ ਗਿਆ ਹਨਾ ਤੇ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੀ ਜੇ ਮੈਂ ਗੱਲ ਕਰਾਂ ਉਹਨਾਂ ਨੇ ਹਮੇਸ਼ਾ ਹੀ ਬਿਲਕੁਲ ਇਹ ਜਿੰਨਾ ਕੂੜ ਪ੍ਰਚਾਰ ਸੀ ਇਹਦਾ ਵਿਰੋਧ ਕੀਤਾ ਉਹਨਾਂ ਨੇ ਵਹਿਮਾਂ ਭਰਮਾਂ ਤੋਂ ਸਾਨੂੰ ਦੂਰ ਰਹਿਣ ਲਈ ਕਿਹਾ ਉਹਨਾਂ ਨੇ ਸਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਮਨ ਚੋਂ ਕੱਢਣ ਨੂੰ ਕਿਹਾ ਪਰ ਅਸੀਂ ਆਪਣੇ ਆਪ ਨੂੰ ਗੁਰੂ ਦੇ ਸਿੱਖ ਕਹਿੰਦੇ ਹਾਂ ਅਸੀਂ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਹਾਂ ਪਰ ਤਾਂ ਵੀ ਜੋ ਸਾਨੂੰ ਗੁਰੂ ਨੇ ਸਿੱਖਿਆਵਾਂ ਦਿੱਤੀਆਂ ਉਸ ਤੋਂ ਉਲਟੀ ਆਪਣੀਆਂ ਧਾਰਨਾਵਾਂ ਬਣਾਈਆਂ ਹੋਈਆਂ ਨੇ ਬਿਲਕੁਲ ਮੈਨੂੰ ਤਾਂ ਇਹ ਵੀ ਲੱਗਦਾ ਹੁੰਦਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮੋਹਰੇ ਮੱਥਾ ਟੇਕਣ ਜੋਗੇ ਵੀ ਨਹੀਂ ਰਹੇ ਕਿਉਂਕਿ ਅਸੀਂ ਉਹਦੀਆਂ ਗੱਲਾਂ ਨਹੀਂ ਮੰਨਦੇ ਮੇਰੇ ਨਾਲ ਖੁਦ ਦੇ ਨਾਲ ਇੱਕ ਵਾਰ ਇੱਕ ਛੋਟਾ ਜਿਹਾ ਕਹਿ ਲਓ ਇੰਸੀਡੈਂਟ ਇੱਕ ਵਾਪਰਿਆ ਇੱਕ ਛੋਟੀ ਜਿਹੀ ਘਟਨਾ ਵਾਪਰੀ ਮੈਂ ਗੁਰੂ ਨਾਨਕ ਦੇਵ ਜੀ ਦਾ ਹੀ ਗੁਰਪੁਰਬ ਤੇ ਮੈਂ ਨਾ ਸੋਚਿਆ ਵੀ ਚਲੋ ਗੁਰਦੁਆਰੇ ਮੱਥਾ ਟੇਕ ਕੇ ਆਉਂਦੇ ਹਾਂ ਹਨਾ ਤੇ ਆਮ ਹੀ ਜਿਵੇਂ ਮਾਨਤਾ ਨਾ ਕਿ ਆਪਾਂ ਉਹਨੂੰ ਉਸ ਦਿਨ ਨੂੰ ਵੀ ਦੀਵਾਲੀ ਦੀ ਤਰ੍ਹਾਂ ਮਨਾਉਂਦੇ ਹਾਂ ਹਨਾ ਕਿਉਂਕਿ ਸਿੱਖ ਧਰਮ ਦੇ ਮੋਢੀ ਦਾ ਕਹਿ ਲਓ ਜਨਮ ਦਿਨ ਹੈ ਹਨਾ ਤੇ ਆਪਾਂ ਉਹ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਦੀਵਾਲੀ ਦੇ ਤਰ੍ਹਾਂ ਉਹਨੂੰ ਮਨਾਉਂਦੇ ਹਾਂ ਵੀ ਮੋਮਬੱਤੀਆਂ ਗੁਰਦੁਆਰੇ ਜਾ ਕੇ ਜਗਾਉਣੀਆਂ ਦੀਵੇ ਜਗਾਉਣੇ ਹਨਾ ਤੇ ਮੈਂ ਦਫ਼ਤਰ ਤੋਂ ਲੇਟ ਵਿਹਲੀ ਹੋਈ ਤੇ ਮੈਂ ਚਲੀ ਗਈ ਗੁਰੂ ਘਰ ਤੇ ਮੈਂ ਦੀਵੇ ਨਾਲ ਲੈ ਗਈ ਹਨਾ ਵੀ ਉੱਥੇ ਜਾ ਕੇ ਦੀਵੇ ਜਗਾ ਕੇ ਆਉਂਦੇ ਹਾਂ ਹਨਾ ਅੱਜ ਤੇ ਜਦੋਂ ਮੈਂ ਉੱਥੇ ਗਈ ਤੇ ਉੱਥੇ ਇੱਕ ਬਜ਼ੁਰਗ ਔਰਤ ਮੈਨੂੰ ਮਿਲੀ ਜਾਣਕਾਰ ਸੀ ਖੈਰ ਉਹ ਤਾਂ ਮੈਨੂੰ ਕਹਿੰਦੇ ਤੁਸੀਂ ਦੀਵੇ ਜਗਾਉਣ ਕਿਉਂ ਆਈਆਂ ਮੈਂ ਤੇ ਮੇਰੀ ਸਿਸਟਰ ਸੀ
ਤੇ ਮੈਂ ਕਿਹਾ ਵੀ ਅੱਜ ਗੁਰਪ੍ਰਭ ਆ, ਇਸ ਲਈ ਮੈਂ ਦੀਵਾ ਜਗਾਉਣ ਆਈ ਆ। ਕੱਲੀਆਂ ਕੁੜੀਆਂ ਨੀ ਆਉਂਦੀਆਂ ਹੁੰਦੀਆਂ, ਅੱਛਾ, ਹਨਾ, ਵੀ ਆਪਣੇ ਮੰਮੀ ਪਾਪਾ ਨੂੰ ਨਾਲ ਲੈ ਕੇ ਆਉਣਾ ਸੀ, ਕੁੜੀਆਂ ਨੀ ਦੀਵਾ ਜਗਾਉਂਦੀਆਂ ਗੁਰੂ ਘਰ, ਹਨਾ। ਮੈਂ ਕਿਹਾ ਵੀ ਬੀਬੀ ਜੀ ਮੈਨੂੰ ਇਹ ਦੱਸੋ ਵੀ ਅੱਜ ਕਿਹੜਾ ਗੁਰਪ੍ਰਭ ਹੈ। ਮੈਨੂੰ ਕਹਿੰਦੀ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ, ਹਨਾ, ਪ੍ਰਕਾਸ਼ ਦਿਹਾੜਾ। ਤੇ ਮੈਂ ਕਿਹਾ ਵੀ ਉਹ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਸਾਰੀ ਉਮਰ ਸਾਨੂੰ ਵਹਿਮਾਂ ਭਰਮਾਂ ਚੋਂ ਕੱਢਿਆ, ਸਾਨੂੰ ਹਮੇਸ਼ਾ ਕਿਹਾ ਵੀ ਵਹਿਮਾਂ ਤੋਂ ਦੂਰ ਰਹੋ, ਉਹਦਾ ਜਨਮ ਦਿਨ ਹੀ ਤੁਸੀਂ ਵਹਿਮਾਂ ਨਾਲ ਮਨਾਉਂਦੇ ਹੋ, ਵੀ ਤੁਸੀਂ ਮੈਨੂੰ ਇਹ ਗੱਲ ਫਟਾਕ ਦੇ ਨਹੀਂ ਸੁਣਾਤੀ ਵੀ ਇਹ। ਮੈਂ ਕਿਹਾ ਮੈਂ ਤਾਂ ਜਗਾ ਕੇ ਹੀ ਜਾਊ, ਮੈਂ ਤਾਂ ਜਗਾ ਕੇ ਜਾਊ, ਮੈਂ ਜਗਾਇਆ ਵੀ, ਹਨਾ, ਕਿ ਇਹ ਸਾਡੀਆਂ ਮਾਨਤਾਵਾਂ ਜਿਹੜੀਆਂ ਬਣ ਗਈਆਂ, ਅਸੀਂ ਕਦੇ ਵਿਚਾਰ ਨਹੀਂ ਕਰਦੇ ਕਿ ਇਹਦੇ ਪਿੱਛੇ ਦੀ ਸੱਚਾਈ ਕੀ ਆ। ਬਸ ਕਿਉਂਕਿ ਕਿਸੇ ਧਾਰਮਿਕ ਕਿਤਾਬ ਦੇ ਵਿੱਚ ਇਹ ਨਹੀਂ ਲਿਖਿਆ ਹੁੰਦਾ ਵੀ ਇਦਾਂ ਕਰਨਾ, ਇਹ ਸਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਨੇ, ਤਾਂ ਸਾਨੂੰ ਹੀ ਸੋਚਣ ਦੀ ਲੋੜ ਹੈ। ਗੱਲਾਂ ਬਾਤਾਂ ਇਸ ਤਰ੍ਹਾਂ ਚੱਲਦੀਆਂ ਰਹਿਣਗੀਆਂ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਵੂਮੈਨ। ਵਕਫੇ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਪ੍ਰਾਈਮ ਏਸ਼ੀਆ ਟੀਵੀ ਤੇ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਵੂਮੈਨ। ਮੈਂ ਹਾਂ ਕੁਸਮ ਤੇ ਮੇਰੇ ਨਾਲ ਨੇ ਹਰਮਨ ਜੀ। ਤੇ ਹੁਣ ਆਪਾਂ ਅਗਲੀ ਗੱਲ ਵੱਲ ਵਧੀਆ ਜੀ। ਬਿਲਕੁਲ, ਅੱਗੇ ਜਦੋਂ ਕਿਤੇ ਕੁਸਮ ਜੀ ਕੁੜੀ ਦਾ ਵਿਆਹ ਹੋਣਾ ਹੁੰਦਾ ਸੀ ਤੇ ਮਾਂ ਕੀ ਸਿੱਖਿਆਵਾਂ ਉਹਨੂੰ ਦਿੰਦੀ ਸੀ? ਰਸੋਈ ਦਾ ਸਾਰਾ ਕੰਮ ਸਿਖਾਇਆ ਜਾਂਦਾ ਸੀ, ਸਿਲਾਈ ਕਢਾਈ ਸਿਖਾਈ ਜਾਂਦੀ ਸੀ, ਹਨਾ, ਫਿਰ ਉਹਨੂੰ ਸਾਰਾ ਸਮਝਾਇਆ ਜਾਂਦਾ ਸੀ ਵੀ ਘਰ ਦਾ ਫਾਈਨਾਂਸ ਕਿਵੇਂ ਸੰਭਾਲ ਕੇ ਰੱਖਣਾ, ਕਿਵੇਂ ਬਿੱਲ ਤਾਰਨੇ, ਫਲਾਨਾ ਹੋਣਾ, ਸੱਸ ਨਾਲ ਕਿਵੇਂ ਬਣਾ ਕੇ ਰੱਖਣੀ ਆ, ਘਰ ਵਾਲੀ ਦੀ ਕਿਹੜੀ ਗੱਲ ਤੇ ਗੁੱਸਾ ਨਹੀਂ ਕਰਨਾ, ਨਨਾਣਾ ਨੂੰ ਕਿੱਥੇ ਕਿਹੜੇ ਕਿਹੜੇ ਤਿਉਹਾਰ ਤੇ ਸੂਟ ਦੇਣੇ ਨੇ, ਸਾਰਾ ਕੁਛ ਸਿਖਾ ਦਿੱਤਾ ਜਾਂਦਾ ਸੀ। ਪਰ ਸਮਾਂ ਬਦਲ ਗਿਆ ਨਹੀਂ? ਅੱਜ ਕੱਲ੍ਹ ਤਾਂ ਮੈਨੂੰ ਇਹ ਲੱਗਦਾ ਹੁੰਦਾ, ਹੋ ਸਕਦਾ ਕਈਆਂ ਨੂੰ ਮੇਰੀ ਇਹ ਗੱਲ ਚੁਭੇ, ਪਰ ਅੱਜ ਕੱਲ੍ਹ ਤਾਂ ਪਹਿਲਾਂ ਹੀ ਕੁੜੀ ਨੂੰ, ਹਨਾ, ਥੋੜਾ ਜਿਹਾ ਤਿਆਰ ਕਰਕੇ ਭੇਜਿਆ ਜਾਂਦਾ। ਜੇ ਤੇਰੀ ਸੱਸ ਲੜਾਕੀ ਹੋਈ ਨਾ, ਬਸ ਤੂੰ ਵੀ ਮੋਹਰੇ ਠਾ ਦੇਣੀ ਜਵਾਬ ਦੇ ਦੇਣਾ, ਥੱਲੇ ਨੀ ਲੱਗਣਾ, ਇੱਕ ਵਾਰੀ ਥੱਲੇ ਲੱਗ ਜਾ, ਸਾਰੀ ਉਮਰ ਬੰਦਾ ਥੱਲੇ ਲੱਗਿਆ ਰਹਿੰਦਾ। ਅੱਛਾ, ਆਪਣੇ ਮਾਪੇ ਵਿਚਾਰੇ ਨਾ 100 ਲਾਡਾਂ ਨਾਲ ਪਾਲਦੇ ਆ ਧੀ ਨੂੰ, 100 ਨਾ ਚੰਗੀ ਸਿੱਖਿਆ ਦੇਣਗੇ ਵੀ ਤੂੰ ਐਂ ਨੀ ਕਰਨਾ, ਐਂ ਨੀ, ਕਿਉਂਕਿ ਆਪਣੀ ਔਲਾਦ ਦਾ ਪਤਾ ਹੁੰਦਾ, ਆਂਢ ਗੁਆਂਢ ਹੀ ਨੀ ਟਿਕਣ ਦਿੰਦਾ, ਰਿਸ਼ਤੇਦਾਰੀ ਨੀ ਟਿਕਣ ਦਿੰਦੀ, ਤੂੰ ਪਰਵਾਹ ਨੀ ਕਰਨੀ, ਕਹੀ ਜਾਣਦੇ ਆਪਣੀ ਮੰਮੀ ਨੂੰ। ਸੱਸ ਨੂੰ ਤਾਂ ਮੈਂ ਇਹ ਵੀ ਵੇਖਿਆ ਨਾ ਵੀ ਜਿਵੇਂ ਗੁਆਂਢ ਦੇ ਵਿੱਚ ਕਿਸੇ ਨੂੰ ਸੱਸ ਦੀ ਨਹੀਂ ਬਣਦੀ ਤਾਂ ਉਹਨੂੰ ਈਰਖਾ ਹੀ ਬੜੀ ਹੁੰਦੀ ਵੀ ਇਸ ਨੂੰ ਸੱਸ ਦੀ ਇਹਨਾਂ ਦੀ ਕਿਉਂ ਬਣਦੀ ਆ। ਬਿਲਕੁਲ, ਉਹਨੇ ਆ ਕੇ ਕੋਈ ਪੁਰਾਣੀ ਕੋਈ 30-35 ਸਾਲ ਪੁਰਾਣੀ ਗੱਲ ਸੁਝਾਣੀ, ਤੁਹਾਡੇ ਸਹੁਰੇ ਨੇ ਐਂ ਕੀਤਾ ਸੀ, ਇੱਦਾਂ ਹੀ ਹੁੰਦਾ। ਪਰ ਮੈਂ ਜੇ ਇਹ ਕਹਾਂ ਕਿ ਜਿਹੜੀਆਂ ਚੀਜ਼ਾਂ ਪਹਿਲਾਂ ਮਾਵਾਂ ਆਪਣੀਆਂ ਧੀਆਂ ਨੂੰ ਸਿਖਾਉਂਦੀਆਂ ਹੁੰਦੀਆਂ ਸੀ, ਜਿਹੜੀਆਂ ਗੱਲਾਂ ਦੀ ਸਿੱਖਿਆ ਪਰਿਵਾਰਕ ਮੈਂਬਰ ਆਪਣੀ ਧੀ ਨੂੰ ਦਿੰਦੇ ਹੁੰਦੇ ਸੀ ਵਿਆਹ ਤੋਂ ਪਹਿਲਾਂ, ਜੇਕਰ ਮੈਂ ਕਹਾਂ ਵੀ ਉਧਰ ਹੀ ਹੁਣ ਇੱਕ ਕੋਰਸ ਕਰਾਇਆ ਜਾਊਗਾ, ਅਧਿਆਪਕ ਦੱਸਿਆ ਕਰਨਗੇ ਵੀ ਤੁਸੀਂ ਸਾਰਿਆਂ ਦਾ ਕਿਵੇਂ ਬਣਾਉਣੀ ਆ ਫਿਰ ਚੰਗੀ ਨੂੰਹ ਬਣਨ ਲਈ ਕੋਰਸ ਜੀ, ਕੀ ਮਜ਼ਾਕ ਕਰ ਰਹੇ ਨੇ, ਨੂੰਹ ਬਣਨ ਦੇ ਲਈ ਕੋਰਸ ਐਂ ਬੋਲੀ ਜਾਂਦੇ ਹੋ? ਉਹ ਨਹੀਂ, ਸੱਚੀ ਕਹਿ ਰਹੀ ਆ। ਹੈ? ਹਾਂ, ਕਿੱਥੇ? ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ, BHU ਜਿਹਨੂੰ ਆਪਾਂ ਕਹਿੰਦੇ ਫੋਰਟ, BHU ਦੇ ਵਿੱਚ ਜਿਹੜਾ ਉੱਥੋਂ ਦਾ IIT ਵਿਭਾਗ ਹੈ, ਉੱਥੇ ਹੁਣ ਕਹਿੰਦੇ ਕਿ ਇੱਕ ਆਦਰਸ਼ ਨੂੰ ਬਣਨ ਦਾ ਕੋਰਸ ਵਿਦਿਆਰਥਣਾਂ ਨੂੰ ਕਰਾਇਆ ਜਾਏਗਾ। ਵੱਲਾ ਕੋਰਸ ਦੇ ਵਿੱਚ ਕੁਝ ਇੱਕ ਉਹ ਰੱਖੇ ਨੇ ਨਾ, ਟੌਪਿਕਸ ਰੱਖੇ ਨੇ ਜਿਹਦੇ ਤਹਿਤ ਉਹਨਾਂ ਦੀ ਤਿਆਰੀ ਕਰਵਾਈ ਜਾਏਗੀ। ਸੱਚੀ ਗੱਲ ਆ ਜੀ, ਇਸ ਕੋਰਸ ਦੇ ਵਿੱਚ ਕਹਿੰਦੇ ਕਿ ਇਹ ਜਿਹੜੀ ਸਮੱਸਿਆ ਹੈ ਨੂੰ ਸੱਸ ਦੀ ਖਾਸ ਕਰਕੇ, ਹਨਾ, ਇਹਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਜਾਂ ਸਹੁਰੇ ਪਰਿਵਾਰ ਦੇ ਵਿੱਚ ਨੂੰਹ ਨੇ ਕਿਵੇਂ ਵਿਚਰਨਾ ਇਹਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਇਸ ਕੋਰਸ ਦੇ ਤਹਿਤ ਕਹਿੰਦੇ ਕਿ ਇੱਕ ਜਿਵੇਂ ਆਤਮ ਵਿਸ਼ਵਾਸ ਨੂੰਹ ਦੇ ਵਿੱਚ ਕਿਵੇਂ ਬਣਿਆ ਰਹੇ ਸਹੁਰੇ ਪਰਿਵਾਰ ਚ ਜਾ ਕੇ, ਹਨਾ, ਉਹ ਸਿਖਾਇਆ ਜਾਊਗਾ। ਉਸ ਤੋਂ ਇਲਾਵਾ ਸਮੱਸਿਆ ਦਾ ਹੱਲ ਕਿਵੇਂ ਕਰਨਾ, ਅੱਛਾ, ਹਨਾ, ਉਹਦੇ ਤੌਰ ਤਰੀਕੇ ਸਿਖਾਏ ਜਾਣਗੇ, ਉਹਦਾ ਹੁਨਰ ਸਿਖਾਇਆ ਜਾਊਗਾ। ਉਸ ਤੋਂ ਬਾਅਦ ਦੇ ਵਿੱਚ ਤਣਾਅ ਜਦੋਂ ਹੋਵੇ ਤੇ ਤਣਾਅ ਤੋਂ ਨਿਜਾਤ ਪਾਉਣ ਦੇ ਕਿਹੜੇ ਕਿਹੜੇ ਗੁਣ ਨੇ ਆ, ਕਿਵੇਂ ਤੁਸੀਂ ਤਣਾਅ ਤੋਂ ਦੂਰ ਰਹਿ ਸਕਦੇ ਹੋ, ਇਹ ਸਾਰੀਆਂ ਚੀਜ਼ਾਂ ਇੱਕ ਨੂੰਹ ਨੂੰ ਸਿਖਾਈਆਂ ਜਾਣਗੀਆਂ। ਉਸ ਤੋਂ ਬਾਅਦ ਵਿੱਚ ਇੱਕ ਕਹਿ ਲਓ ਵੀ ਕੰਪਿਊਟਰ ਦੀ ਜਾਣਕਾਰੀ ਵੀ ਜ਼ਰੂਰ ਦਿੱਤੀ ਜਾਏਗੀ, ਮਤਲਬ ਕਿ ਨੂੰਹ ਜਿਹੜੀ ਆ ਉਹ ਘਰੇਲੂ ਵੀ ਹੋਵੇ ਤੇ ਮਾਡਰਨ ਵੀ ਹੋਵੇ, ਅੱਛਾ, ਦੋਵੇਂ ਤਰ੍ਹਾਂ ਦੇ ਉਹਦੇ ਚ ਗੁਣ ਜਿਹੜੇ ਉਹ ਪਾਏ ਜਾਣਗੇ, ਕਿਉਂਕਿ ਅੱਜ ਕੱਲ੍ਹ ਜ਼ਿਆਦਾਤਰ ਵੇਖਣ ਨੂੰ ਮਿਲਦਾ ਨਾ ਆ ਰਹੇ ਨੇ ਮਤਲਬ ਸਟੂਡੈਂਟਸ। ਹਾਂ, ਹੁਣ ਹੌਲੀ ਹੌਲੀ ਵਿਦਿਆਰਥੀਆਂ ਦੀ ਚੋਣ ਵੀ ਹੋਏਗੀ, ਹੋਏ ਹੋਏ, ਕਿਉਂਕਿ ਅੱਜ ਕੱਲ੍ਹ ਇਹ ਸਮੱਸਿਆ ਨਾ ਜਿਹੜੀ ਨੂੰਹ ਪੜ੍ਹ ਜਾਂਦੀ ਆ ਉਹ ਕਹਿੰਦੀ ਵੀ ਮੈਂ ਪੜ੍ਹੀ ਲਿਖੀ ਮੈਂ ਘਰ ਦਾ ਕੰਮ ਨਹੀਂ ਕਰੂੰ, ਹਨਾ, ਜਿਹੜੀ ਵਿਚਾਰੀ ਘਰੇਲੂ ਹੈ ਉਹਨੂੰ ਅੱਜ ਕੱਲ੍ਹ ਕੰਪਿਊਟਰ ਦੀ ਨੌਲੇਜ ਘੱਟ ਵੱਧ ਹੁੰਦੀ, ਬਹੁਤ ਘੱਟ ਹੈ ਜਿਹੜੀਆਂ ਵਾਕਈ ਆਦਰਸ਼ ਬਹੂਆਂ ਜਾਂ ਆਦਰਸ਼ ਨੂੰਹਾਂ ਬਣ ਕੇ ਦਿਖਾਉਂਦੀਆਂ ਨੇ, ਹਨਾ। ਸੋ ਕਹਿੰਦੇ ਕਿ ਇਹ ਜਿਹੜੀਆਂ ਨੂੰਹਾਂ ਨੇ ਇਹਨਾਂ ਨੂੰ ਫੈਸ਼ਨ ਬਾਰੇ ਵੀ ਗਿਆਨ ਦਿੱਤਾ ਜਾਊਗਾ, ਅੱਛਾ, ਕਿਵੇਂ ਬਣ ਠਾਣ ਕੇ ਉਹਨਾਂ ਨੇ ਰਹਿਣਾ। ਉਸ ਤੋਂ ਇਲਾਵਾ ਮੈਰਿਜ ਸਕਿੱਲਸ ਸਿਖਾਏ ਜਾਣਗੇ, ਕਿਉਂ ਬਹੁਤ, ਇਸ ਤੋਂ ਇਲਾਵਾ ਸਮਾਜਿਕਤਾ ਦੇ ਗੁਰ, ਅੱਛਾ,
ਕਿ ਕਿਵੇਂ ਜੇ ਨਨਾਣ ਆ ਜਾਵੇ ਤਾਂ ਉਹਦੇ ਨਾਲ ਕਿਵੇਂ ਵਿਚਰਨਾ ਹੈ, ਜੇ ਹੋਰ ਪ੍ਰਾਹੁਣੇ ਆ ਜਾਣ ਉਹਨਾਂ ਨਾਲ ਕਿਵੇਂ ਵਿਚਰਨਾ, ਇਹ ਸਾਰੇ ਗੁਣ ਸਿਖਾਏ ਜਾਣਗੇ ਭਰਾਵਾ। ਦੱਸੋ ਜੁਆਇਨ ਕਰਾ ਦਈਏ ਤੁਹਾਨੂੰ? ਦੇਖੋ ਚਲੋ ਹਾਸੇ ਨਾ ਹਾਸਾ ਰਿਹਾ, ਪਰ ਜੇ ਇਹਨੂੰ ਪੋਜ਼ਿਟਿਵ ਤਰੀਕੇ ਨਾਲ ਵੇਖਿਆ ਜਾਵੇ ਤਾਂ ਸਾਰਾ ਕੁਛ ਹੁੰਦਾ ਤਾਂ ਸਾਈਕੋਲੋਜੀਕਲੀ ਸਾਡੇ ਵਤੀਰੇ 'ਤੇ ਹੀ ਨਿਰਭਰ ਕਰਦਾ ਨਾ। ਅਤੇ ਜਿਵੇਂ ਹੁਣ ਸਾਨੂੰ ਸਾਈਕੋਲੋਜੀ ਦੀ ਪੜ੍ਹਾਈ ਕਰਾਈ ਜਾਂਦੀ ਆ ਵੀ ਨਾ ਕਿਵੇਂ ਤੁਹਾਡਾ ਵਿਹਾਰ ਹੋਣਾ ਚਾਹੀਦਾ ਆ ਜਾਂ ਤੁਹਾਡੀ ਲਰਨਿੰਗ ਕਿਵੇਂ ਹੋਣੀ ਚਾਹੀਦੀ ਆ, ਭੁੱਲਣ ਦੀ ਸਮੱਸਿਆ ਕਿਵੇਂ ਦੂਰ ਕਰਨੀ ਹੁੰਦੀ, ਸਾਈਕੋਲੋਜੀ ਦੇ ਵਿੱਚ ਸਿਖਾਇਆ ਜਾਂਦਾ। ਤੁਸੀਂ ਤਰ੍ਹਾਂ ਜੇ ਇਹਨੂੰ ਵੀ ਪੋਜ਼ਿਟਿਵ ਤਰੀਕੇ ਨਾਲ ਲਿਆ ਜਾਵੇ ਤਾਂ ਵਧੀਆ ਜੇ ਕੋਰਸ। ਨਹੀਂ ਪਰ ਮੈਂ ਇਸ ਕੋਰਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੈਗੀ। ਦੇਖੋ ਕਿਉਂਕਿ ਜੇ ਪੜ੍ਹਾਈਆਂ ਲਿਖਾਈਆਂ ਤਾਂ ਅੱਗੇ ਇੰਨੀਆਂ ਜ਼ਿਆਦਾ ਨੇ ਜਿਹਨਾਂ ਨਿਆਣਿਆਂ ਦੀਆਂ ਮੱਤਾਂ ਮਾਰੀਆਂ ਹੋਈਆਂ ਨੇ, ਹਨਾ। ਤੇ ਦੂਜੀ ਗੱਲ, ਜਿਹੜਾ ਗਿਆਨ ਤੁਹਾਨੂੰ ਆਪਣੇ ਮਾਪਿਆਂ ਤੋਂ ਮਿਲ ਸਕਦਾ, ਬਜ਼ੁਰਗਾਂ ਤੋਂ ਮਿਲ ਸਕਦਾ, ਉਹ ਗਿਆਨ ਤੁਹਾਨੂੰ ਕਿਸੇ ਕਾਲਜ ਦੀ ਪੜ੍ਹਾਈ 'ਚ ਨਹੀਂ ਮਿਲ ਸਕਦਾ, ਚਾਹੇ ਜੋ ਮਰਜ਼ੀ ਐਕਸਪੀਰੀਅੰਸ ਸਭ ਤੋਂ ਵੱਧ ਹੁੰਦੇ ਜੀ। ਇਹ ਤਾਂ ਕੋਰਸ ਇੱਦਾਂ ਕਰਾਉਣਾ ਚਾਹੀਦਾ ਵੀ ਜਿੰਨੇ ਕੋਈ ਆਲੇ ਦੁਆਲੇ ਦੇ ਪਿੰਡ ਨੇ ਉੱਥੋਂ ਦੀਆਂ ਬਜ਼ੁਰਗ ਔਰਤਾਂ ਜਿਹੜੀਆਂ ਉਹ ਇਕੱਠੀਆਂ ਕਰੋ ਤੇ ਉਹਨਾਂ ਨੂੰ ਪੁੱਛਿਆ ਜਾਵੇ ਵੀ ਕਿਵੇਂ ਤੁਸੀਂ ਆਪਣਾ ਘਰ ਪਰਿਵਾਰ ਅੱਗੇ ਤੋਰਿਆ, ਕਿਵੇਂ ਤੁਸੀਂ ਮਿਲ ਕੇ ਰਹਿੰਦੀਆਂ ਸੀ। ਇਹ ਕਾਲਜਾਂ ਦੀਆਂ ਪੜ੍ਹਾਈਆਂ ਨਾਲ ਕਿੱਥੋਂ ਨੂੰ ਆਦਰਸ਼ ਬਣ ਜਾਣਗੀਆਂ? ਅਗਲੀ ਵੀ ਜਾ ਕੇ ਟਪਾਕ ਦੇਣੀ ਕਹੇਗੀ ਜੋ ਸੱਸ ਨੇ ਕੁਛ ਕਹਿਤਾ ਤੇ ਉਹਨੇ ਕਹਿਣਾ ਤੈਨੂੰ ਨੀ ਪਤਾ ਪੜਾਇਆ ਗਿਆ ਆਦਰਸ਼ ਨੂੰ ਜਿਹੜੀ ਬਣਨ ਦਾ ਕੋਰਸ ਕਰਕੇ ਆਈ ਆ, ਤੁਸੀਂ ਮੈਨੂੰ ਨੀ ਟੋਕ ਸਕਦੇ। ਉਹ ਜਿਵੇਂ ਨਿਆਣੇ ਨੂੰ ਨੀ ਹੁੰਦਾ ਵੀ ਜੇ ਨਿਆਣੇ ਨੂੰ ਕਹਿ ਦੋ ਵੀ ਪੁੱਤਾ ਇੱਦਾਂ ਨੀ ਇੱਦਾਂ ਹੁੰਦਾ, ਤਾਂ ਕਹਿੰਦਾ ਨਹੀਂ ਮੈਡਮ ਨੇ ਕਿਹਾ ਸੀ ਇੱਦਾਂ ਹੀ ਹੁੰਦਾ, ਤੇ ਉਦਾਂ ਹੀ ਨੂੰਹਾਂ ਕਹਿਣਗੀਆਂ। ਪਰ ਇਹ ਆ ਵੀ ਹੋ ਸਕਦਾ ਕੋਈ ਅਗਲੀ ਖਬਰ ਇਹੋ ਜਿਹੀ ਵੀ ਆਵੇ ਵੀ ਉਹਦੇ ਚੰਗੇ ਨਤੀਜੇ ਸਾਹਮਣੇ ਆਏ ਨੇ, ਜਿਹੜੀ ਉੱਥੋਂ ਬਣ ਕੇ ਨਿਕਲੀ। ਲੱਗਦਾ ਕਿ ਡਿਗਰੀ ਵੀ ਦੇਣਗੇ ਆਦਰਸ਼ ਨੂੰ? ਉਹ ਭਰਾਵਾ ਮੈਨੂੰ ਲੱਗਦਾ ਕਿ ਜਿਹੜੇ ਮੈਟ੍ਰੀਮੋਨੀਅਲ ਹੋਣਗੇ ਉਹਨਾਂ ਦੇ ਵਿੱਚ ਵੀ ਕਿਹਾ ਜਾਊਗਾ ਕਿ ਹਨਾ ਵੀ ਫਲਾਣੀ ਫਲਾਣੀ ਯੂਨੀਵਰਸਿਟੀ ਤੋਂ BHU ਤੋਂ ਆਦਰਸ਼ ਨੂੰ ਦਾ ਕੋਰਸ ਕੀਤੀ ਹੋਈ ਕੁੜੀ। ਵਾਹ ਕਰਨੀ ਪੈਣੀ ਹੈ ਕਿਉਂਕਿ ਮੈਂ ਤਾਂ ਸੱਚੀ ਇਹ ਖਬਰ ਪੜ੍ਹ ਕੇ ਘੁੰਮ ਗਈ ਸੀ ਇੱਕ ਵਾਰੀ। ਸੋ ਨੇਕ ਸਲਾਹ ਅੱਜ ਜਿਹੜੀ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਨੇਕ ਸਲਾਹ ਹੈਗੀ ਹੈ ਜਿਹੜੀ ਕਿ ਆਮ ਸਮੱਸਿਆ ਹਰ ਘਰ ਦੇ ਵਿੱਚ ਪਾਈ ਜਾਂਦੀ ਹੈ, ਕਦੇ ਗੋਡੇ ਦੁੱਖ ਦੇ, ਕਦੇ ਮੋਢੇ ਦੁੱਖ ਦੇ, ਜੋੜਾਂ ਦਾ ਦਰਦ, ਜੋੜਾਂ ਦਾ ਦਰਦ, ਉਹਨੂੰ ਲੈ ਕੇ ਅਸੀਂ ਨੇਕ ਸਲਾਹ ਲੈ ਕੇ ਆਏ। ਉਸ ਤੋਂ ਪਹਿਲਾਂ ਕੁਸਮ ਜੀ ਮੈਂ ਇਹ ਚਾਹੁੰਦੀ ਹਾਂ ਕਿ ਆਪਾਂ ਨਾ ਜਿਹੜਾ ਨੇਕ ਸਲਾਹ ਹੈ ਉਹ ਤਾਂ ਦੇਣੀ ਹੀ ਹੈ ਵੀ ਗੋਡਿਆਂ ਦੇ ਦਰਦ ਤੋਂ ਨਿਜਾਤ ਕਿਵੇਂ ਪਾਈਏ, ਅਸੀਂ ਕਿਵੇਂ ਬਚਾਅ ਕਰ ਸਕਦੇ ਹਾਂ। ਪਰ ਕੁਝ ਇੱਕ ਖਾਣਿਆਂ ਦੇ ਬਾਰੇ 'ਚ ਮੈਂ ਜ਼ਰੂਰ ਦੱਸਾਂ, ਜਿਹੜੇ ਖਾਣੇ ਆਪਾਂ ਜੇ ਖਾਂਦੇ ਰਹੀਏ, ਜਿਵੇਂ ਕਿਹਾ ਜਾਂਦਾ ਹੈ ਕਿ ਆਮ ਤੌਰ 'ਤੇ ਔਰਤਾਂ ਦੀ ਉਮਰ ਜੋ 30 ਤੋਂ ਵੱਧ ਜਾਂਦੀ ਹੈ ਜਾਂ 40 ਤੋਂ ਵੱਧ ਜਾਂਦੀ ਹੈ ਤਾਂ ਉਹਨਾਂ ਨੂੰ ਖਾਸ ਕਰਕੇ ਕਿਉਂਕਿ ਸਾਡੀ ਜਿਹੜੀ ਬੋਨ ਡੈਂਸਿਟੀ ਆ ਉਹ ਘਟਣ ਲੱਗ ਜਾਂਦੀ ਹੈ, ਹਨਾ, ਤਾਂ ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਬਹੁਤ ਸਾਰੀਆਂ ਇਹੋ ਜਿਹੀਆਂ ਡਾਈਟਸ ਜਿਹੜੀਆਂ ਨੇ ਉਹ ਜ਼ਰੂਰ ਲੈਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਕਿ ਸਾਡੀਆਂ ਬੋਨਸ, ਸਾਡੀਆਂ ਹੱਡੀਆਂ ਮਜ਼ਬੂਤ ਰਹਿਣ, ਸਾਨੂੰ ਸਮੱਸਿਆਵਾਂ ਨਾ ਹੋਣ, ਹਨਾ। ਅਤੇ ਉਹਦੇ ਵਿੱਚ ਮੈਂ ਇਹ ਪੜ੍ਹ ਰਹੀ ਸੀ, ਕਹਿੰਦੇ ਕਿ ਜੋ ਤੁਹਾਡੀ ਉਮਰ ਵਧਣ ਲੱਗੇ ਹੌਲੀ ਹੌਲੀ ਤਾਂ ਐਕਸਰਸਾਈਜ਼ ਇੱਕ ਤਾਂ ਜ਼ਰੂਰ ਕਰਨੀ ਚਾਹੀਦੀ ਹੈ, ਚਾਹੇ ਹਲਕੀ ਹਲਕੀ ਕਰੋ, ਬਹੁਤੀ ਜ਼ਿਆਦਾ ਨਾ ਕਰੋ, ਪਰ ਐਕਸਰਸਾਈਜ਼ ਜ਼ਰੂਰ ਤੁਹਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੋਣਾ ਚਾਹੀਦਾ ਹੈ। ਕਿਸੇ ਬੀਬੀ ਦੀ ਭਾਰ ਜਿਵੇਂ ਜ਼ਿਆਦਾ ਆ ਤਾਂ ਉਹਨੂੰ ਐਕਸਰਸਾਈਜ਼ ਜਿਹੜੀਆਂ ਉਹ ਕਿਸੇ ਮਾਹਿਰ ਦੀ ਦੇਖ ਰੇਖ ਦੇ ਵਿੱਚ ਕਰਨੀਆਂ ਚਾਹੀਦੀਆਂ, ਕਿਉਂਕਿ ਭਾਰ ਜਿਹਦਾ ਜ਼ਿਆਦਾ ਹੋਵੇ ਉਹਨੂੰ ਐਕਸਰਸਾਈਜ਼ ਕਰਨਾ ਵੀ ਮੁਸ਼ਕਲ ਹੋ ਜਾਂਦਾ, ਸਮੱਸਿਆ ਹੁੰਦੀ ਹੈ। ਉਸ ਤੋਂ ਇਲਾਵਾ ਜਿਹੜੀ ਇੱਕ ਬੈਲੈਂਸਡ ਡਾਈਟ ਹੈ ਉਹਦੇ ਵੱਲ ਜ਼ਰੂਰ ਧਿਆਨ ਦੇਣ ਦੀ ਲੋੜ ਹੁੰਦੀ ਹੈ, ਕਿਉਂਕਿ ਜਿਵੇਂ ਜਿਵੇਂ ਉਮਰ ਵੱਧਦੀ ਹੈ ਤਿਵੇਂ ਤਿਵੇਂ ਉਵੇਂ ਦਾ ਤਾਂ ਸਾਰਾ ਕੁਛ ਨਹੀਂ ਰਹਿ ਜਾਂਦਾ, ਬਹੁਤ ਕੁਛ ਬਦਲਦਾ। ਸੋ ਤੁਹਾਨੂੰ ਜਿਹੜੀ ਡਾਈਟ ਹੈ ਉਹ ਲੈਣੀ ਚਾਹੀਦੀ ਹੈ ਜਿਹੜੀ ਕਿ ਜਿਹਦੇ ਵਿੱਚ ਕਿ ਕਹਿ ਲਓ ਸਲਾਦ ਜ਼ਿਆਦਾ ਹੋਏ, ਵੈਜੀਟੇਬਲ ਜ਼ਿਆਦਾ ਹੋਣ, ਫਲ ਜ਼ਿਆਦਾ ਹੋਣ, ਉਸ ਤੋਂ ਇਲਾਵਾ ਫਾਈਬਰ ਜਿਹਦੇ ਵਿੱਚ ਬਹੁਤ ਜ਼ਿਆਦਾ ਹੋਏ। ਅਤੇ ਜਿਵੇਂ ਜਿਵੇਂ ਉਮਰ ਵੱਧਦੀ ਹੈ ਤਿਵੇਂ ਤਿਵੇਂ ਉਹ ਖਾਣੇ ਬਿਲਕੁਲ ਹੌਲੀ ਹੌਲੀ ਬੰਦ ਕਰ ਦੇਣੇ ਚਾਹੀਦੇ ਨੇ, ਜਿਨ੍ਹਾਂ ਦੇ ਵਿੱਚ ਜਿਵੇਂ ਕਿ ਮੀਟ ਜ਼ਿਆਦਾ ਨਹੀਂ ਲੈਣਾ ਚਾਹੀਦਾ, ਐਨੀਮਲ ਫੈਟ ਜ਼ਿਆਦਾ ਨਹੀਂ ਲੈਣੀ ਚਾਹੀਦੀ, ਉਸ ਤੋਂ ਇਲਾਵਾ ਹੋਰ ਵੀ ਜਿੰਨੀ ਤਰ੍ਹਾਂ ਦੀ ਫੈਟ ਹੁੰਦੀ ਫੈਟ ਵਾਲੀਆਂ ਚੀਜ਼ਾਂ ਉਮਰ ਦੇ ਨਾਲ ਨਾਲ ਘਟਾ ਦੇਣੀਆਂ ਚਾਹੀਦੀਆਂ ਨੇ। ਹਾਂ, ਔਰ ਮੈਂ ਇਹ ਵੀ ਪੜ੍ਹ ਰਹੀ ਸੀ ਜਿਵੇਂ ਤੁਸੀਂ ਚੀਜ਼ਾਂ ਨਾ ਖਾਣ ਦੀ ਗੱਲ ਕੀਤੀ ਤਾਂ ਜਿਹਨਾਂ ਨੂੰ ਜੋੜਨ ਦਰਦ ਆ ਉਹ ਗੋਭੀ, ਰਾਜਮਾ ਜਾਂ ਫਿਰ ਲੱਸੀ ਆ ਜਿਹੜੀਆਂ, ਜਾਂ ਕੁਛ ਦਾਲਾਂ ਨੇ ਇਹੋ ਜਿਹੀਆਂ, ਜੇ ਕਹਿ ਲਓ ਕੋਈ ਜਿਹੜੀਆਂ ਵਾਈ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਬਿਲਕੁਲ ਹੀ ਦੂਰ ਕਰ ਦੇਣਾ ਚਾਹੀਦਾ ਆਪਣੀ ਡਾਇਟ ਦੇ ਵਿੱਚੋਂ। ਔਰ ਮੈਂ ਵੀ ਪੜ੍ਹ ਰਹੀ ਸੀ ਕਿ ਜਿਹੜੀ ਹਲਦੀ ਹੈ ਉਹ ਜੋੜਾਂ ਦੇ ਦਰਦ ਦੇ ਵਿੱਚ ਬਹੁਤ ਫਾਇਦੇਮੰਦ ਹੁੰਦੀ ਆ। ਹਲਦੀ ਜਿਹੜੀ ਆ ਉਹ ਤਾਂ ਮੰਨ ਲਓ ਵੀ ਬਰੂਫਨ ਦੀ ਗੋਲੀ ਆ। ਹਲਦੀ ਨੂੰ ਜੇ ਤੁਸੀਂ ਗਰਮ ਦੁੱਧ ਕਰਕੇ ਉਹਦੇ ਵਿੱਚ ਹਲਦੀ ਪਾ ਕੇ ਥੋੜ੍ਹਾ ਜਿਹਾ ਸ਼ਹਿਦ ਪਾ ਕੇ ਜੇ ਪੀਂਦੇ ਹੋ ਤਾਂ ਤੁਹਾਨੂੰ ਕੋਈ ਵੀ ਕਿਸੇ ਵੀ ਜੋੜ ਦੇ ਵਿੱਚ ਦਰਦ ਹੋ ਰਿਹਾ ਤਾਂ ਉਹ ਤੋਂ ਫਟਾਫਟ ਨਿਜਾਤ ਮਿਲ ਜਾਂਦੀ ਜੀ। ਉਸ ਤੋਂ ਇਲਾਵਾ ਤੁਸੀਂ ਇਹ ਤਾਂ ਆਮ ਜਿਹਾ ਹੀ ਨੁਸਖਾ ਹੈ ਵੀ ਹੌਟ ਵਾਟਰ ਬੋਟਲ ਜਿਹੜੀ ਹੈ ਗਰਮ ਪਾਣੀ ਵਾਲੀ ਬੋਤਲ ਉਹ ਲੈ ਸਕਦੇ ਹੋ। ਉਸ ਤੋਂ ਇਲਾਵਾ
ਜੇ ਉਹ ਨਹੀਂ ਹੈਗੀ ਤਾਂ ਤੁਸੀਂ ਬਰਫ਼ ਨੂੰ ਕਿਸੇ ਕੱਪੜੇ 'ਚ ਲਪੇਟ ਕੇ ਤਾਂ ਫਿਰ ਤੁਸੀਂ ਉਹਨੂੰ ਬਚ ਸਕਦੇ ਹੋ। ਜੇਕਰ ਤੁਹਾਡੇ ਕੋਲ ਬਰਫ਼ ਵੀ ਨਹੀਂ ਹੈਗੀ ਤਾਂ ਕਈ ਵਾਰ ਅਸੀਂ ਫਰੋਜ਼ਨ ਜਿਹੜੀਆਂ ਵੈਜੀਟੇਬਲਸ ਨੇ ਉਹ ਰੱਖੇ ਹੁੰਦੇ ਨੇ ਹੈ ਨਾ ਪੈਕਟ ਦੇ ਵਿੱਚ, ਤਾਂ ਉਹ ਪੈਕਟ ਤੁਸੀਂ ਵਰਤ ਸਕਦੇ ਹੋ ਨਿਜਾਤ ਪਾਉਣ ਦੇ ਲਈ। ਤੇ ਜੇਕਰ ਨਾਨੀ ਵਾਲਾ ਨੁਸਖਾ ਦੱਸਾਂ ਵੀ ਜਿਹੜਾ ਲਸਣ ਆ ਜੀ ਉਹ ਲਸਣ ਦੀ ਗੰਢੀ ਦਾ ਬੜਾ ਫਾਇਦਾ ਆ ਉਹਦੇ ਵਿੱਚ, ਕਿਉਂਕਿ ਸਲਫਰ ਤੇ ਸਿਲੇਨੀਅਮ ਬਹੁਤ ਵਧੀਆ ਮਾਤਰਾ ਦੇ ਵਿੱਚ ਹੁੰਦਾ ਹੈ ਔਰ ਇਹ ਦੋਵੇਂ ਤੱਤ ਜਿਹੜੇ ਆ ਜੋੜਾਂ ਦੇ ਦਰਦ ਵਿੱਚ ਫਾਇਦੇਮੰਦ ਹੁੰਦੇ ਆ। ਤੇ ਜੇ ਅਸੀਂ ਇਹਨੂੰ ਰੋਜ਼ਾਨਾ ਖਾਣੇ ਦੇ ਵਿੱਚ ਜੇ ਲਸਣ ਨੂੰ ਸ਼ਾਮਿਲ ਕਰ ਲਈਏ ਤਾਂ ਵੀ ਵਧੀਆ, ਤੇ ਜੇ ਸਵੇਰੇ ਉੱਠ ਕੇ ਨਿਰਣੇ ਕਾਲ ਜੇ ਉਹਦੀ ਇੱਕ ਤੁਰੀ ਜਿਹੜੀ ਆ ਤਾਂ ਉਹ ਵੀ ਬਹੁਤ ਵਧੀਆ ਰਹਿੰਦੀ ਆ। ਇਸ ਤੋਂ ਇਲਾਵਾ ਬਰੋਕਲੀ ਖਾਣਾ ਬਹੁਤ ਜ਼ਿਆਦਾ ਫਾਇਦੇਮੰਦ ਹੈ। ਇਹ ਜ਼ਰੂਰੀ ਨਹੀਂ ਕਿ ਜੇਕਰ ਜੋੜਾਂ ਦਾ ਦਰਦ ਹੈ ਤਾਂ ਹੀ ਬਰੋਕਲੀ ਖਾਣੀ ਹੈ, ਤੁਸੀਂ ਜਿਵੇਂ ਜਿਵੇਂ ਉਮਰ ਵੱਧਦੀ ਹੈ ਤਿਵੇਂ ਤਿਵੇਂ ਬਰੋਕਲੀ ਦਾ ਸੇਵਨ ਚਾਹੇ ਉਹਨੂੰ ਸੈਲਡ ਦੇ ਤੌਰ ਦੇ ਉੱਪਰ ਚਾਹੇ ਸਬਜ਼ੀ ਦੇ ਤੌਰ ਦੇ ਉੱਪਰ ਜੇਕਰ ਤੁਸੀਂ ਵਧਾ ਦਿੰਦੇ ਹੋ ਤਾਂ ਤੁਹਾਡੇ ਲਈ ਵੈਸੇ ਵੀ ਬਹੁਤ ਫਾਇਦੇਮੰਦ ਹੈ। ਤੇ ਹਰਮਨ ਜੀ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਜਿਹੜੀ ਲਾਲ ਮਿਰਚ ਆ ਨਾ ਉਹ ਵੀ ਜੋੜਾਂ ਦੇ ਦਰਦ ਦੇ ਵਿੱਚ ਬੜੀ ਫਾਇਦੇਮੰਦ ਹੁੰਦੀ ਆ। ਜੇ ਤੁਸੀਂ ਨਾਰੀਅਲ ਦਾ ਤੇਲ ਗਰਮ ਕਰਕੇ ਉਹਦੇ ਵਿੱਚ 2 ਚਮਚ ਲਾਲ ਮਿਰਚ ਪਾਊਡਰ ਪਾ ਲੈਂਦੇ ਆ, ਖਾਣਾ ਨਹੀਂ ਉਹਨੂੰ, ਉਹ ਤਾਂ ਲੱਗੇਗਾ ਬਹੁਤ, ਖਾਣਾ ਨਹੀਂ ਉਹਨੂੰ, ਲਾਉਣਾ ਹੈ ਆਪਣੀ ਉਹਦੇ ਤੇ ਜਿੱਥੇ ਵੀ ਦਰਦ ਹੋ ਰਹੀ ਆ, ਉਹ ਜਦੋਂ ਪੇਸਟ ਤੁਸੀਂ ਲਾਉਂਦੇ ਆ ਤਾਂ ਉਹਦੇ ਨਾਲ ਦਰਦ ਕਾਫੀ ਘੱਟ ਹੋ ਜਾਂਦਾ ਤੇ ਸਾੜ ਨਹੀਂ ਪਏਗਾ ਮਿਰਚਾਂ ਦਾ, ਉਹ ਤਾਂ ਪੈਣਾ ਹੀ ਹੈ ਫਿਰ। ਨਾਰੀਅਲ ਤੇਲ ਵਿੱਚ ਮਲਾਈਏ ਤੇ ਸੜ ਘੱਟ ਜਾਵੇ ਜੀ। ਉਸ ਤੋਂ ਬਾਅਦ ਵਿੱਚ ਤੁਸੀਂ ਸੈਲਮਨ ਫਿਸ਼, ਟੂਨਾ ਫਿਸ਼ ਜਿਹਦੇ 'ਚ ਯਾਨੀ ਓਮੇਗਾ 3 ਫੈਟੀ ਐਸਿਡਸ ਜ਼ਿਆਦਾ ਹੁੰਦੇ ਨੇ, ਇਹ ਸਾਰੀਆਂ ਚੀਜ਼ਾਂ ਦਾ ਸੇਵਨ ਵਧਾ ਦਿਓ, ਇਹਦੇ ਨਾਲ ਵੀ ਜੋੜਾਂ ਦੇ ਦਰਦ ਤੋਂ ਨਿਜਾਤ ਮਿਲਦੀ ਹੈ। ਉਸ ਤੋਂ ਇਲਾਵਾ ਜੇ ਤੁਸੀਂ ਮੇਥੀ ਦਾਣਾ ਖਾਂਦੇ ਆ, ਕਿਉਂਕਿ ਇਹ ਐਂਟੀ ਆਕਸੀਡੈਂਟ ਹੁੰਦਾ ਆ ਜਿਹਨੂੰ ਤੁਸੀਂ ਜਿਹੜੇ ਗਠੀਏ ਦੇ ਜਿਹੜੇ ਮਰੀਜ਼ ਨੇ ਉਹ ਵੀ ਮੇਥੀ ਦਾਣਾ ਖਾਣ ਦੇ ਨਾਲ ਬਿਲਕੁਲ ਠੀਕ ਹੋ ਜਾਂਦੇ ਨੇ, ਤੁਸੀਂ ਕਰਨਾ ਕੀ ਆ ਕਿ 1/2 ਚਮਚ ਰਾਤ ਨੂੰ ਪਾਣੀ ਵਿੱਚ ਭਿਓਂ ਕੇ ਤੇ ਸਵੇਰ ਨੂੰ ਉਹਨੂੰ ਖਾ ਲੈਣਾ ਤੇ ਉਹ ਬਹੁਤ ਵਧੀਆ ਹੁੰਦਾ ਆ। ਇਸ ਤੋਂ ਇਲਾਵਾ ਤੁਸੀਂ ਆਪਣੀ ਰੋਜ਼ਾਨਾ ਡਾਇਟ ਦੇ ਵਿੱਚ ਬੈਰੀਜ਼, ਵਾਲਨਟਸ, ਫਿਰ ਆ ਜਿਹੜੀਆਂ ਗ੍ਰੇਪਸ ਹੋ ਗਈਆਂ ਹੈ ਨਾ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਫਿਰ ਸਪਿਨਚ ਯਾਨੀ ਪਾਲਕ ਹੋ ਗਈ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਜ਼ਰੂਰ ਆਪਣੀ ਡਾਇਟ ਦੇ ਵਿੱਚ ਸ਼ਾਮਿਲ ਕਰੋ। ਇਹ ਵੱਧਦੀ ਉਮਰ ਦੇ ਲਈ ਵੀ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਡੀ ਡਾਇਟ ਜਿਹੜੀ ਆ ਉਹ ਵਧੀਆ ਰਹਿੰਦੀ ਹੈ, ਉਸ ਤੋਂ ਇਲਾਵਾ ਜੋੜਾਂ ਦੇ ਦਰਦ ਵਿੱਚ ਵੀ ਫਾਇਦੇਮੰਦ ਹੈ। ਤੇ ਫਿਲਹਾਲ ਜਾਣ ਦਾ ਵੇਲਾ ਹੋ ਗਿਆ ਜੀ ਜੀ, ਤੇ ਬਾਕੀ ਇੱਕ ਵਾਰ ਮਾਹਰ ਦੀ ਸਲਾਹ ਜ਼ਰੂਰ ਲਓ, ਡਾਕਟਰ ਦੀ ਸਲਾਹ ਜ਼ਰੂਰ ਲਓ ਕੋਈ ਵੀ ਨੁਸਖਾ ਅਪਣਾਉਣ ਤੋਂ ਪਹਿਲਾਂ। ਬਾਕੀ ਫਿਲਹਾਲ ਦੇ ਲਈ ਅਸੀਂ ਦੋਵੇਂ ਚੱਲਦੇ ਹਾਂ ਜੀ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਵੁਮੈਨ, ਕਿਉਂਕਿ ਸਾਨੂੰ ਮਾਣ ਹੈ ਔਰਤ ਹੋਣ ਤੇ। ਹੁਣ ਹਰ ਰੋਜ਼ ਆਪਣੇ ਫੇਵਰਿਟ ਸ਼ੋਅ ਦੇਖਣ ਲਈ ਹੋਵੇਗੀ ਭੱਜ ਨੱਠ, ਕਿਉਂਕਿ ਬ੍ਰਿਟ ਏਸ਼ੀਆ ਤੇ ਪ੍ਰਾਈਮ ਏਸ਼ੀਆ ਨੇ ਮਿਲਾ ਲਏ ਨੇ ਹੱਥ 9 ਅਗਸਤ ਥਰਸਡੇ ਤੋਂ ਆਨਵਰਡਸ। ਹਰ ਰੋਜ਼ ਦੇਖੋ ਪ੍ਰਾਈਮ ਏਸ਼ੀਆ ਟੀਵੀ ਦੇ ਹਿੱਟ ਸ਼ੋਅਜ਼ ਹੁਣ ਬ੍ਰਿਟ ਏਸ਼ੀਆ ਟੀਵੀ ਤੇ। ਦੇਸ਼ ਦੁਨੀਆ ਦੀਆਂ ਖਬਰਾਂ ਲਈ ਪ੍ਰਾਈਮ ਨਿਊਜ਼ ਸਵੇਰੇ 7 ਵਜੇ, ਪ੍ਰਾਈਮ ਵੁਮਨ ਬੇਸਡ ਔਨ ਵੁਮਨਸ ਇਸ਼ੂਜ਼ ਸਵੇਰੇ 7:30 ਵਜੇ, ਕਲਚਰਲ ਸ਼ੋਅ ਵਿਦ ਮਿਊਜ਼ਿਕ ਪ੍ਰਾਈਮ ਜ਼ਿੰਦਗੀ ਸਵੇਰੇ 8 ਵਜੇ, ਰਿਲੀਜੀਅਸ ਇਸ਼ੂਜ਼ ਲਈ ਪ੍ਰਾਈਮ ਚਰਚਾ ਤੇ ਐਂਟਰਟੇਨਮੈਂਟ ਲਈ ਪ੍ਰਾਈਮ ਟਾਈਮ ਸਵੇਰੇ 9 ਵਜੇ, ਬੇਸਡ ਔਨ ਡੇਲੀ ਕਰੰਟ ਪੋਲੀਟੀਕਲ ਇਸ਼ੂਜ਼ ਪ੍ਰਾਈਮ ਫੋਕਸ, ਸ਼ਾਮ 5 ਵਜੇ ਜੱਜ ਦਾ ਵਿਚਾਰ, ਮਿਊਜ਼ੀਕਲ ਕਾਮੇਡੀ ਸ਼ੋਅ ਐਂਡ ਇੰਟਰਵਿਊਜ਼ ਵਿਦ ਪੰਜਾਬੀ ਸਟਾਰਸ, ਸ਼ਾਮ 6 ਵਜੇ ਬੇਤੜਕ ਤੇ ਪੱਖਪਾਤ ਰਹਿਤ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸ਼ੋਅ ਪ੍ਰਾਈਮ ਡਿਸਕਸ਼ਨ, ਦੇਖੋ ਸ਼ਾਮ 7 ਵਜੇ ਤੇ ਕੀ ਰਿਹਾ ਅਖਬਾਰਾਂ ਦੀਆਂ ਸੁਰਖੀਆਂ 'ਚ, ਦੱਸਣਗੇ ਸਵਰਨ ਟੈਣਾ ਖਬਰ ਦੀ ਖਬਰ, ਸ਼ਾਮ 7:30 ਵਜੇ। ਸੋ 50 ਦੇ ਕਰੀਬ ਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਟੀਵੀ ਸੈੱਟਸ ਤੇ ਸਕਾਈ ਟੀਵੀ ਚੈਨਲ 743, ਵਰਜਨ ਟੀਵੀ ਚੈਨਲ 840, ਫ੍ਰੀ ਵਿਊ ਚੈਨਲ ਨੰਬਰ 264 ਤੇ 9 ਅਗਸਤ 2018 ਤੋਂ ਆਨਵਰਡਸ। ਬ੍ਰਿਟਿਸ਼ ਏਸ਼ੀਆ ਟੀਵੀ ਹੈ ਜਿੱਥੇ, ਪ੍ਰਾਈਮ ਏਸ਼ੀਆ ਟੀਵੀ ਹੈ ਉੱਥੇ।